ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੱਜਣ ਮਿੱਤਰਾਂ ਨੂੰ ਕੱਲ੍ਹ ਦਾ ਥੋੜ੍ਹਾ ਜਿਹਾ ਬੜਾ ਰੌਲਾ ਪਾਇਆ ਵਾ। ਉਹ ਬਾਈਕਰ ਜੰਟ ਸਿੰਘ ਹੁਣ ਆਸਟ੍ਰੇਲੀਆ ਵਾਲੇ ਨੇ, ਉਹ ਬਾਈ ਨੂੰ ਪਤਾ ਨਹੀਂ ਕੀ ਗੱਲ, ਹਰੇਕ ਗੱਲ 'ਤੇ ਲਾਈਵ ਹੋ ਕੇ ਬਹਿ ਜਾਂਦਾ। 5-5 ਮਿੰਟ ਬਾਅਦ ਇੰਨਾ ਟਾਈਮ ਪਤਾ ਨਹੀਂ ਕਿੱਥੋਂ ਮਿਲ ਜਾਂਦਾ ਉਹਨੂੰ ਲਾਈਵ ਹੋਣ ਦਾ। ਅਤੇ ਉਹ ਦਿਨ ਕੋਈ ਇੱਕ ਗੱਲਾਂ ਕਲੀਅਰ ਕਰਨੀਆਂ ਬਾਈ ਨੂੰ, ਭਰਾਵਾ ਮੇਰਾ ਆਹ ਲਾਸਟ ਵਾਲੀ ਲਾਈਵ ਆ, ਇਦੂ ਬਾਅਦ 'ਚ ਮੈਂ ਕੋਈ ਲਾਈਵ ਨਹੀਂ ਹੋਣਾ ਹੈਗਾ। ਉਹ ਤੈਨੂੰ ਸ਼ੌਂਕ ਆ ਲਾਈਵ ਹੋਣ ਦਾ, ਸਾਨੂੰ ਨਹੀਂ ਆ, ਤੇਰੇ ਕਰਕੇ ਮਜਬੂਰ ਹੋ ਗਿਆ ਮੈਂ ਲਾਈਵ ਹੋ ਰਿਹਾ। ਅਤੇ ਜਿਹੜੀ ਤੂੰ ਬੱਬੂ ਮਾਨ ਵਾਲੀ ਫੋਟੋ 'ਤੇ ਰੌਲਾ ਪਾਇਆ ਵੀ ਹਾਂ ਉਹਨੂੰ ਕਿਉਂ ਮਿਲਿਆ ਤੂੰ, ਠੀਕ ਆ ਯਾਰ, ਬੰਦੇ ਦੀ ਪਰਸਨਲ ਲਾਈਵ ਆ, ਠੀਕ ਆ, ਮੈਂ ਜਿਹਨੂੰ ਮਰਜ਼ੀ ਮਿਲਾਂ, ਜਿਹਦੇ ਨਾਲ ਮਰਜ਼ੀ ਗੱਲਬਾਤ ਕਰਾਂ, ਤੂੰ ਤੂੰ ਉੱਥੇ ਦੱਸ ਕੀ ਕਰਨਾ? ਕਿ ਹੁਣ ਮੈਂ ਤੁਹਾਤੋਂ ਪਰਮਿਸ਼ਨ ਲਿਆ ਕਰਾਂ ਵੀ ਮੈਂ ਫਲਾਣੇ ਥਾਂ ਜਾਣਾ, ਜਾਂ ਵੀ ਮੈਂ ਫਲਾਣੇ ਬੰਦੇ ਦੇ ਨਾਲ ਗੱਲਬਾਤ ਕਰਨੀ ਆ, ਜਾਂ ਮੈਂ ਉਹਦੇ ਨਾਲ ਫੋਟੋ ਕਰਵਾ ਰਿਹਾ, ਕਿ ਮੈਂ ਪਰਮਿਸ਼ਨ ਲੈ ਕੇ ਕਰਾਂ? ਭਲ ਕੇ ਤੂੰ ਕਹੇਗਾ ਤੂੰ ਆਹ ਰੋਟੀ ਨਹੀਂ ਖਾਣੀ, ਕਿ ਤੂੰ ਆਹ ਰੋਟੀ ਖਾਣੀ ਹੈ? ਰਹੀ ਗੱਲ ਬੱਬੂ ਮਾਨ ਦੀ, ਹਾਂ ਉਹਨੇ ਲੱਚਰ ਵੀ ਗਾਇਆ, ਉਹ ਆਪ ਵੀ ਮੰਨਦਾ, ਉਹ ਕਹਿੰਦਾ ਹਾਂ ਮੈਂ ਗਾਇਆ, ਕਹਿੰਦਾ ਗਲਤੀਆਂ ਹੋਈਆਂ ਮੇਰੇ ਤੋਂ, ਕਹਿੰਦਾ ਪਰ ਮੈਂ ਮਾਫੀਆਂ ਵੀ ਮੰਗੀਆਂ, ਕਹਿੰਦਾ ਸਟੇਜ ਤੋਂ ਖੜ ਕੇ, ਕਹਿੰਦਾ ਉਹ ਉਮਰ ਸੀਗੀ ਹੋਰ ਸੀ ਉਸ ਟਾਈਮ, ਕਹਿੰਦਾ ਜਦੋਂ ਮੈਂ ਗਾਇਆ ਉਹ, ਕਹਿੰਦਾ ਜੇ ਮੈਂ ਚੰਗਾ ਗਾਉਣਾ ਕਹਿੰਦਾ ਤਾਂ ਵੀ ਨਹੀਂ ਲੋਕ ਬਖਸ਼ ਦੇ ਗਏ, ਹੁਣ ਕਹਿੰਦਾ ਮੈਂ ਦੱਸੋ ਜਾਵਾਂ ਕਹਿ ਨੂੰ। ਉਹਨੇ ਕੱਲ੍ਹ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਉੱਥੇ ਬੈਠ ਕੇ, ਮੈਂ ਉਹਨੂੰ ਕਿਸੇ ਕਲਾਕਾਰੀ ਜਾਂ ਗਾਇਕੀ ਕਰਕੇ ਨਹੀਂ, ਉਹਨੂੰ ਮਿਲਣ ਗਏ ਸੀ ਅਸੀਂ, ਉਸ ਨੂੰ ਇੱਕ ਇਨਸਾਨ ਦੀ ਹੈਸੀਅਤ ਦੇ ਨਾਲ ਮਿਲਣ ਗਏ ਸੀਗੇ। ਗੁਰੂ ਆਸਰਾ ਟਰੱਸਟ ਦਾ ਸੁਣਿਆ ਹੋਣਾ ਜਿਹੜਾ ਮੋਹਾਲੀ ਆ, ਹਰੇਕ ਤਿਉਹਾਰ ਦੇ ਉੱਤੇ ਆਪਦੇ ਜਨਮ ਦਿਨ ਦੇ ਉੱਤੇ ਉਹ ਉੱਥੇ ਜਾਂਦਾ ਗੁਰੂ ਆਸਰਾ ਟਰੱਸਟ ਦੇ ਵਿੱਚ, ਜਿੱਥੇ ਸ਼ਹੀਦ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ, ਉਹਨਾਂ ਦੀ ਫੀਸ ਉਹ ਭਰਦਾ। ਮੈਂ ਉਹਨੂੰ ਪ੍ਰਮੋਟ ਕਰਨ ਲਈ ਨਹੀਂ ਕਹਿ ਰਿਹਾ, ਮੈਂ ਤੈਨੂੰ ਦੱਸ ਰਿਹਾ ਤੁਹਾਨੂੰ ਇਹ, ਕਿਉਂਕਿ ਬੰਦੇ ਦੇ ਜੇ ਆਪਾਂ ਮਾੜੇ ਗੁਣ ਸ਼ੋ ਬੋਲ ਕਹਿ ਸਕਦੇ ਹਾਂ, ਤਾਂ ਉਹਦੇ ਚੰਗੇ ਗੁਣ ਵੀ ਦੱਸਣੇ ਚਾਹੀਦੇ ਆ ਬੰਦੇ ਨੂੰ। ਜੇ ਬੰਦਾ 99% ਮਾੜਾ ਹੋਵੇ, 1% ਵੀ ਚੰਗਾ ਹੋਵੇ ਨਾ, ਉਹਦਾ 1% ਵਾਲਾ ਚੰਗਾ ਵੀ ਗੁਣ ਵੀ ਲੋਕਾਂ ਸਾਹਮਣੇ ਰੱਖੋ, ਤਾਂ ਕਿ ਉਹ 1% ਵੱਧ ਕੇ 99% ਹੋ ਜੇ ਚੰਗਿਆਈ ਦੇ ਵਿੱਚ। ਪਿੰਗਲਵਾੜੇ ਗਿਆ ਉਹ ਥੋੜ੍ਹੇ ਦਿਨ ਪਹਿਲਾਂ, ਉੱਥੇ ਉਹ ਸੇਵਾ ਕਰਕੇ ਹੈ ਜਾ ਕੇ, ਪ੍ਰਸ਼ੰਸਾ ਕੀਤੀ ਆ ਕਿਸੇ ਨੇ ਤਾਂ ਦੱਸ, ਜਾਂ ਤੂੰ ਕੋਈ ਲਾਈਵ ਹੋ ਕੇ ਉਹਦਾ ਕੁਛ ਕਿਹਾ ਵੀ ਹਾਂ ਉਹਨੇ ਆਹ ਕੰਮ ਚੰਗਾ ਕੀਤਾ? ਜਦੋਂ ਕੋਈ ਮਾੜਾ ਮਾੜੀ ਚੀਜ਼ ਨੂੰ ਤਾਂ ਉਹਦੀ ਨੂੰ ਪ੍ਰਮੋਟ ਕਰ ਦੇਣਾ, ਚੰਗੀ ਮੁੱਖ ਅੱਖਾਂ ਫੇਰ ਲੈਣਾ ਹੈ। ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਲੈਂਦਾ, ਤਾਂ ਉਹੀ ਹਾਲ ਤੇਰਾ ਭਰਾਵਾ, ਤੈਨੂੰ ਲਾਈਵ ਹੋਣਾ ਚੰਗਾ ਲੱਗਦਾ ਨਾ, ਪਬਲਿਸਿਟੀ ਲੈਣੀ, ਲਾਈਕ ਕਮੈਂਟ ਲੈਣੇ ਤੈਨੂੰ ਵਧੀਆ ਲੱਗਦਾ, ਪਰ ਸਾਡੇ 'ਚ ਉਹ ਚੀਜ਼ ਹੈ ਨੀਗੀ। ਜਿਹੜਾ ਤੂੰ ਕਹਿੰਦਾ ਵੀ ਜਿਹੜੇ ਉਹਨੇ ਗਾਣੇ ਗਾਏ ਹੋਏ ਆ ਲੈਕਚਰ ਖਿਲਾਫ, ਹੈ ਨਾ, ਤੂੰ ਉਹਦੇ ਨਾਲ ਸਿੱਧੀ ਗੱਲ ਕਰ, ਬੈਠ ਉਹਦੇ ਨਾਲ ਕਿਤੇ, ਤੂੰ ਸਾਨੂੰ ਕਾਹਤੋਂ ਵਿੱਚ ਘੜੀਸਦਾ? ਤੂੰ ਪੰਜਾਬ ਜਾ, ਉਹਦੇ ਦਫ਼ਤਰ ਜਾ, ਮੋਹਾਲੀ ਰਹਿੰਦਾ ਉਹ, 10 ਫੇਸ ਦੇ ਵਿੱਚ ਹੁੰਦਾ, ਉੱਥੇ ਜਾ ਕੇ ਗੱਲਬਾਤ ਕਰ ਬੈਠ ਕੇ ਉਹਦੇ ਨਾਲ, ਫੇਸਬੁੱਕ 'ਤੇ ਲਾਈਵ ਹੋ ਕੇ ਜਾਉਣ ਲੱਗਦਾ ਤੂੰ, ਜਵਲੀਆਂ ਮਾਰਨ, ਜਵਾਕਾਂ ਵਾਲਾ ਦਿਮਾਗ ਆ ਭਰਾਵਾ ਤੇਰਾ, ਵੇਖ ਲਿਆ ਸਾਰੇ ਲੋਕ ਤੈਨੂੰ ਗਾਲਾਂ ਕੱਢਦੇ ਥੱਲੇ ਜਦੋਂ ਤੂੰ ਲਾਈਵ ਹੁੰਦਾ ਨਾ, ਉਦੋਂ ਕਹਿ ਦਿੰਦੇ ਆ ਤੈਨੂੰ ਕਮੇਡੀ ਕਲਾਕਾਰ ਸਮਝਦੇ ਆ ਸਾਰੇ, ਜਦੋਂ ਤੂੰ ਲਾਈਵ ਹੁੰਦਾ ਥੱਲੇ ਮੈਂ ਸਾਰੇ ਕਮੈਂਟ ਪੜ੍ਹਦਾ ਹੁੰਦਾ ਤੇਰੇ ਵੀ, ਜੇ ਤੂੰ ਐਡਾ ਹੀ ਸੱਚਾ ਬੰਦਾ, ਇੰਨੇ ਤੈਨੂੰ ਕੌਮ ਦਾ ਦਰਦ ਆ,
ਚੱਲ ਪੰਜਾਬ ਪਹੁੰਚ, ਆ ਤੂੰ ਬਗਰਾੜੀ ਵਾਲੇ ਕਾਂਡ ਦੇ ਵਿੱਚ ਪੰਜਾਬ ਜਾਣਾ ਸੀਗਾ 2 ਮਹੀਨੇ ਦਾ, ਲੋਕਾਂ ਨੂੰ ਲਾਰਾ ਲਾਇਆ, ਗਿਆ ਤਾਂ ਹੈ ਨਹੀਂ ਤੂੰ ਉੱਥੇ ਜਿਹੜਾ ਤੂੰ ਵਕੀਲ ਕੀਤਾ ਬਗਰਾੜੀ ਵਾਲੇ ਕਾਂਡ ਦੇ ਲਈ, ਉਹਦੀ ਫੀਸ ਤਾਂ ਇੱਥੋਂ ਪੂਰੀ ਨਹੀਂ ਹੁੰਦੀ ਗੀ ਲੋਕਾਂ ਤੋਂ, ਤੂੰ ਮੰਗਦਾ ਉੱਥੇ ਫੀਸ, ਉਲਟਾ ਤੂੰ ਸਾਨੂੰ ਕਹਿੰਦਾ ਵੀ ਹਾਂ ਅਸੀਂ ਨਾਮ ਵਿੱਚ ਅੱਜ ਸਿੱਧਾ ਦਾ ਦੱਸ, ਕਿਹੜਾ ਮਹਿਲ ਸਾਰ ਲਿਆ, ਕਿਹੜੇ ਤੂੰ ਡਾਲਰ ਭੇਜੇ ਉਹਦੇ ਨਾਂ 'ਤੇ ਉੱਥੇ, ਜਾਂ ਜਿਹੜੇ ਆਹ ਕਹਿੰਦੇ ਨਾਲ ਤੇਰੇ ਕਮੈਂਟ ਕਰਦੇ ਸੀਗੇ ਵੀ ਹਾਂ ਜਥੇਦਾਰ ਦਾ ਨਾਂ ਵਰਤਦਾ ਇਹ, ਆਹ ਕਰਦਾ ਜੋ ਕਰਦਾ, ਹੁਣ ਉਹ ਚੌਲ ਕਹਿਣ ਨੂੰ ਚਿੱਤ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਚੌਲੋ ਜਾ ਕੇ ਸਾਡਾ ਘਰ ਵੇਖੋ ਤੁਸੀਂ ਪਹਿਲਾਂ, ਸਾਡਾ ਮਹਿਲ ਸਾਰਿਆਂ ਵਾ ਜਾ ਕੇ ਦੇਖ ਲਓ, ਬਹੁਤ ਸਿੰਘ ਵਾਲੇ ਜਿਹਨੂੰ ਮਰਜ਼ੀ ਵੀ ਪੁੱਛ ਲਿਓ ਜਾ ਕੇ, ਉਹੀ ਕਹਿੰਦਾ ਉਹੀ ਘਰ ਉਵੇਂ ਖੜਾ ਉੱਥੇ, ਬਾਕੀ ਰਹੀ ਗੱਲ ਉਹ ਬੇਅੰਤ ਸਿੰਘ ਵਾਲੀ, ਉਹਦੇ ਨਾਂ ਆਪ ਕਲੀਅਰ ਕਰ ਲਓ ਤੁਸੀਂ ਭਾਈ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਗੀ, ਠੀਕ ਹੈ ਨਾ, ਨਾ ਮੈਂ ਉਹਦਾ ਕੋਈ ਐਡਵੋਕੇਟ ਹਾਂ, ਜੇ ਉਹਨੇ ਕਿਤੇ ਕਹੀ ਆ ਉਹ ਵੀਡੀਓ ਕੋਈ ਆਡੀਓ ਉਹਦੇ ਸਾਹਮਣੇ ਪੇਸ਼ ਕਰ ਦਿਓ, ਉਹ ਤਾਂ ਅੱਗੇ ਕਹਿੰਦਾ ਰਹਿੰਦਾ, ਕਹਿੰਦਾ ਮੇਰੇ ਨਾਲ ਬੈਠਣ, ਕਹਿੰਦਾ ਮੀਡੀਆ 'ਚ ਆਉਣ, ਕਹਿੰਦਾ ਗੱਲਾਂ ਬਾਤਾਂ ਕਲੀਅਰ ਕਰਨ, ਕਹਿੰਦਾ ਮੈਂ ਫੇਸਬੁੱਕ ਦੇ ਬੋਲਣ ਯੋਗ ਗਿਆ, ਕਹਿੰਦਾ ਗੁਰਜੰਟ ਸਿੰਘ ਜਦੋਂ ਐਡੀਲੇਟ ਆਇਆ ਸੀਗਾ ਨਾ ਇੱਥੇ, ਜਿੱਥੇ ਉਹਦੀ ਇੰਟਰਵਿਊ ਸੀਗੀ ਉੱਥੇ ਤੂੰ ਵੀ ਗਿਆ ਸੀਗਾ, ਤੂੰ ਉਹਨੂੰ ਕਿਹਾ ਸੀਗਾ ਜਾ ਕੇ ਵੀ ਮੈਂ ਤੇਰੇ ਨਾਲ ਗੱਲ ਕਰਨੀ ਆ ਵੀ ਮੈਂ ਗੁਰਜੰਟ ਸਿੰਘ ਹਾਂ, ਤੂੰ ਕਿਹਾ ਸੀ, ਤਾਂ ਉਹਨੇ ਤੈਨੂੰ ਇਹ ਗੱਲ ਕਹੀ ਸੀ ਬਈ ਹਾਂ ਆ ਜਾ ਮੀਡੀਆ 'ਚ ਕਰ ਦੇ, ਤਾਂ ਇੰਨਾ ਕਹਿ ਕੇ ਉਹ ਅੰਦਰ ਚਲੇ ਗਿਆ ਮੀਡੀਆ, ਤਾਂ ਤੂੰ ਉੱਥੋਂ ਤਿੱਤਰ ਹੋ ਗਿਆ ਸੀਗਾ ਵੀ ਹੁਣੇ ਮੀਡੀਆ 'ਚ ਚੱਲਿਆ ਉੱਥੇ, ਅਤੇ ਮੁੜ ਕੇ ਉਦੋਂ ਬਾਅਦ ਤੂੰ ਲੱਭਿਆ ਨਹੀਂ, ਅਤੇ ਮੁੜ ਕੇ ਆ ਕੇ ਤੂੰ ਫੇਸਬੁੱਕ 'ਤੇ ਲਾਈਵ ਹੋ ਗਿਆ ਸੀਗਾ, ਹਾਂ ਹਾਂ ਵੀ ਉਹ ਭੱਜ ਗਿਆ, ਭੱਜਿਆ ਤਾਂ ਤੂੰ ਸੀਗਾ ਉੱਥੋਂ, ਆ ਤੇਰੇ ਨਾਲ ਦੇ ਸਾਰੇ ਸੱਜਣ ਦੱਸਦੇ ਆ ਉੱਥੋਂ ਵਾਲੇ ਜਿੰਨੇ ਵੀ ਹੈਗੇ ਐਡੀ ਲੇਟ ਵਾਲੇ ਵੀ ਕੌਣ ਭੱਜਿਆ ਸੀਗਾ, ਜਿਹੜੀ ਤੂੰ ਕਹਿੰਦਾ ਲਾਚਰਤਾ ਨੂੰ ਪ੍ਰਮੋਟ ਕਰਦਾ, ਮੈਨੂੰ ਦੱਸੋ ਮੈਂ ਫੋਟੋ 'ਤੇ ਕਿੱਥੇ ਉਹਦੀ ਪ੍ਰਮੋਸ਼ਨ ਲਿਖੀ ਸੀਗੀ ਵੀ ਹਾਂ ਇਹਨੂੰ ਤੁਸੀਂ ਸੁਣੋ, ਲਾਚਰਤਾ ਤਾਂ ਤੂੰ ਪ੍ਰਮੋਟ ਕਰਦਾ ਸਗੋਂ ਉਹਦੀ, ਜਿਹੜੀ ਕੰਪਨੀ ਰੈਪਿਡ ਕੰਪਨੀ ਜਿਹ 'ਚ ਤੂੰ ਗਾਣਾ ਰਿਕਾਰਡ ਕਰਵਾਇਆ, ਉਹ ਕੰਪਨੀ ਦੀ ਯੂਟਿਊਬ ਦੇ ਉੱਤੇ ਤੂੰ ਗਾਣਿਆਂ ਦੀ ਲਿਸਟ ਵੇਖੀ, ਕਿੱਡੇ ਲੱਚਰ ਲੱਚਰ ਗਾਣੇ ਉਹ ਕੰਪਨੀ ਦੇ ਰਿਕਾਰਡ ਕਰਵਾਏ ਹੋਏ ਆ, ਅਤੇ ਹੁਣ ਵੀ ਕਰਵਾਉਂਦੇ ਤਾਂ ਤੂੰ ਉਸੇ ਕੰਪਨੀ ਦੇ ਵਿੱਚ ਤੂੰ ਗਾਣਾ ਰਿਕਾਰਡ ਕਰਾ ਕੇ ਸਾਲ, ਤੂੰ ਉਸ ਕੰਪਨੀ ਨੂੰ ਕੀ ਕਹਿੰਦੇ ਹੁੰਦੇ ਆ ਪ੍ਰਮੋਟ ਕਰੀ ਜਾਂਦਾ ਉਸ ਲੱਚਰ ਨੂੰ, ਉਹ ਭਰਾਵਾ ਤੂੰ ਕਹਿੰਦਾ ਨਾ ਵੀ ਤੇਰਾ ਨਾਂ ਗੁਰਜੰਟ ਸਿੰਘ ਜਥੇਦਾਰ ਸਾਹਿਬ ਕਰਕੇ ਰੱਖਿਆ ਤੇਰੇ ਪਿਓ ਨੂੰ, ਬਾਈ ਤੂੰ ਲਾਜ ਨਾ ਲਾ ਗੁਰਜੰਟ ਸਿੰਘ ਨਾਂ ਨੂੰ, ਲੋਕ ਤੈਨੂੰ ਸਾਰੇ ਜੰਟਾ ਕੌਲਾ ਕਹਿਣ ਲੱਗ ਗਿਆ, ਬਾਈ ਬਣ ਕੇ ਤਾਂ ਨਾਂ ਬਦਲ ਲਾ ਤੂੰ ਵੀ, ਜੇ ਵਾਕਈ ਤੂੰ ਗੁਰਜੰਟ ਸਿੰਘ ਨਾਂ ਰੱਖਿਆ ਆਪਦਾ ਜਥੇਦਾਰ ਸਾਹਿਬ ਕਰਕੇ, ਤਾਂ ਉਹਦੇ ਵਾਂਗੂ ਦਿਮਾਗ ਵੀ ਰੱਖ ਆਪਦਾ ਤੂੰ, ਠੀਕ ਹੈ ਨਾ, ਉਹ ਤੇਰੇ ਵਾਂਗੂ ਜਬਲੀਆਂ ਨਹੀਂ ਮਾਰਦਾ ਹੁੰਦਾ ਸੀਗਾ, ਹਰੇਕ ਗੱਲ 'ਤੇ ਉਹ ਕਿਸੇ ਨਾਲ ਬਹਿਸਦਾ ਨਹੀਂ ਹੁੰਦਾ ਸੀਗਾ, ਉਹ ਅਗਲਾ ਦਿਮਾਗ ਤੋਂ ਕੰਮ ਲੈਂਦਾ ਹੁੰਦਾ ਸੀਗਾ, ਤੇਰੇ ਵਾਂਗੂ ਨਹੀਂਗਾ 5 ਮਿੰਟ, 5-5 ਮਿੰਟ ਬਾਅਦ ਲਾਈਵ ਹੋ ਕੇ ਬਹਿ ਜਾਂਦਾ ਸੀਗਾ ਉਹ ਕਿਤੇ, ਜਾਂ 5-5 ਮਿੰਟ ਬਾਅਦ ਕਿਸੇ ਨਾਲ ਰੌਲਾ ਪਾ ਕੇ ਬਹਿ ਜਾਂਦਾ ਹੁੰਦਾ ਸੀਗਾ, ਸ਼ਹੀਦ ਪਰਿਵਾਰਾਂ ਦੇ ਨਾਲ ਉਹ ਬੰਦਾ ਖੜਾ ਬੱਬੂ ਮਾਨ ਉਦੋਂ ਦਾ, ਜਦੋਂ ਕੋਈ ਬਾਤ ਨਹੀਂ ਪਹੁੰਚਦਾ ਹੁੰਦਾ ਸੀਗਾ, ਹਵਾਈ ਫਿਲਮ ਆਈ ਸੀਗੀ ਉਦੋਂ ਕੋਈ ਨਾਂ ਲੈ ਕੇ ਨਹੀਂ ਰਾਜੀ ਹੁੰਦਾ, ਸ਼ਹੀਦ ਸਿੰਘ ਦਾ ਉਹ ਬੰਦੇ ਨੇ ਹਵਾਈ ਫਿਲਮ ਬਣਾਈ ਸੀ ਉਦੋਂ ਅਮਤੋਜ ਮਾਨ ਦੇ ਨਾਲ ਮਿਲ ਕੇ, ਅਤੇ 7 ਸਾਲ ਉਹਦੇ 'ਤੇ ਏਜੰਸੀਆਂ ਨੇ ਨਿਗਾਹ ਰੱਖੀ ਸੀਗੀ ਉਸ ਟਾਈਮ ਜਦੋਂ ਹਵਾਈ ਫਿਲਮ ਬਣੀ ਆ,
ਤੇ ਤੂੰ ਤਾਂ ਸਤਿੰਦਰ ਸਰਤਾਜ ਨੂੰ ਨਹੀਂ ਬਖਸ਼ਿਆ ਸੀਗਾ ਪਹਿਲਾਂ, ਉਹਨੂੰ ਕਹੀ ਜਾਂਦਾ ਜੇ ਉਹ ਬਾਬੇ ਨੂੰ ਜਾਂਦਾ ਉਹਨੇ ਜਾਂਦਾ, ਤਾਂ ਮੁੜ ਕੇ ਤੂੰ ਉਸੇ ਨੂੰ ਸਲਾਈ ਜਾਂਦਾ ਜੀ ਫਿਰ ਸਤਿੰਦਰ ਸਿੰਘ, ਤੇਰਾ ਆਪਦਾ ਕੋਈ ਸਟੈਂਡ ਨਹੀਂ। ਰੁਪਿੰਦਰ ਹਾਂਡਾ ਜਿਹਨੂੰ ਤੂੰ ਕੰਜਰੀ ਕਹਿੰਦਾ ਹੁੰਦਾ ਸੀ ਪਹਿਲਾਂ, ਵੀ ਇਹ ਕੰਜਰੀਆਂ ਸਟੇਜਾਂ 'ਤੇ ਗਾਉਂਦੀਆਂ, ਉਸਨੂੰ ਆਪਦੇ ਭੈਣ ਬਣਾਈ ਜਾਂਦਾ ਸੀਗਾ ਪਹਿਲਾਂ, ਮੈਨੂੰ ਤੇਰਾ ਸਟੈਂਡ ਨਹੀਂ ਕਹਿੰਦਾ ਸਾਨੂੰ ਯਾਰ ਭਰਾਵਾ, ਪਹਿਲਾਂ ਆਪਦਾ ਸਟੈਂਡ ਤਾਂ ਕਲੀਅਰ ਕਰ, ਤੂੰ ਦੂਜਿਆਂ ਨੂੰ ਕਹਿਣ ਲੱਗ ਜਾਂਦਾ ਸਾਡੇ ਬਾਰੇ, ਤੂੰ ਬਾਅਦ 'ਚ ਪਤਾ ਕਰ ਲਈ, ਪਹਿਲਾਂ ਆਪਦਾ ਕਲੀਅਰ ਕਰ ਲਾ ਵੀ ਤੂੰ ਕਿੱਥੇ ਖੜਾ, ਕਿਹੜੇ ਸਟੈਂਡ 'ਤੇ ਖੜਾ। ਫੇਸਬੁੱਕ 'ਤੇ ਲਾਈਵ ਹੋ ਗਏ ਨਹੀਂ ਕਦੇ, ਦੁਨੀਆ ਸੁਧਰਦੀ ਹੁੰਦੀ ਗੀ, ਜੇ ਦੁਨੀਆ ਸੁਧਾਰਨੀ ਹੁੰਦੀ ਹੈ ਉੱਥੇ ਵਿੱਚ ਵੜਨਾ ਪੈਂਦਾ ਹੁੰਦਾ, ਗਰਾਊਂਡ ਲੈਵਲ 'ਤੇ ਕੰਮ ਕਰਨਾ ਪੈਂਦਾ ਹੁੰਦਾ, ਜਾ ਕੇ ਤੇ ਤੈਨੂੰ ਇੰਨੀ ਫਿਕਰ ਆ ਪੰਜਾਬ ਦਾ, ਪੰਜਾਬ ਚੱਲ ਉੱਥੇ ਬਥੇਰਾ ਕੁਛ ਕਰਨ ਵਾਲਾ ਉੱਥੇ, ਠੀਕ ਆ ਨਾ, ਉੱਥੇ ਉਹਦੀ ਤਾਂ ਪੰਜਾਬ ਦੀ ਧਰਤੀ 'ਤੇ ਆ ਫੇਸਬੁੱਕ 'ਤੇ ਲਾਈਵ ਹੋਣ ਦੇ ਨਾਲੋਂ, ਜੇ ਤੈਨੂੰ ਇੰਨਾ ਹੀ ਕਲਾਕਾਰਾਂ ਦੇ ਨਾਲ ਇੰਨੀ ਖਹਿਜ ਆ ਤੈਨੂੰ, ਤਾਂ ਬਾਈ ਦੀਪੇ ਹੇਰਾ ਵਾਲੇ ਨੂੰ ਚੱਗ ਕਰਨ ਜਾ ਕੇ ਉੱਥੇ ਠੋਕਦੇ ਕਲਾ ਕਲਾ ਕਲਾਕਾਰ, ਫੇਸਬੁੱਕ 'ਤੇ ਲਾਈਵ ਹੋ ਕੇ ਬੋਲਣ ਨਾ, ਤਾਂ ਨਹੀਂ ਸੁਧਾਰਨਾ ਪਾਓ। ਬੱਬੂ ਮਾਨ ਦਾ ਜਦੋਂ ਡੈਡੀ ਪੂਰਾ ਹੁੰਦਾ, ਸਿਮਰਜੀਤ ਸਿੰਘ ਮਾਨ ਉੱਥੇ ਗਿਆ ਉਦੋਂ ਉਹਦੇ ਘਰ ਬਹਿਣ, ਹੁਣ ਤੂੰ ਉਹਨੂੰ ਵੀ ਮਾੜਾ ਆਖੇਂਗਾ, ਪਰ ਮਾਨ ਨੂੰ ਵੀ ਉਹ ਕਾਹਤੋਂ ਗਿਆ ਭਾਈ, ਉਹ ਵੀ ਉਹਦੇ ਵਰਗਾ ਹੋ ਗਿਆ। ਐਡੀਲੇਟ ਵਾਲੇ ਜਿਹੜੇ ਸਿੰਘ ਆ ਗਰੁੱਪ ਆ ਇੱਥੇ ਐਡੀਲੇਟ ਦੇ ਵਿੱਚ, ਉਹਨਾਂ ਨੂੰ ਵੇਖ ਕੇ ਤੂੰ ਭੱਜ ਜਾਂਦਾ, ਟੈਕਸੀ ਵੀ ਅੱਗੇ ਲੈਣਾ ਆਪਦੀ, ਤੇਰੀਆਂ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਸਾਨੂੰ ਇੱਥੇ ਐਡੀਲੇਟ ਦੇ ਵਿੱਚ, ਤੂੰ ਕਿੱਡਾ ਘਮਾਣ ਤੂਰਮਾ ਬਣਿਆ, ਬਣਾ ਸਾਰਾ ਆਸਟ੍ਰੇਲੀਆ ਤੈਨੂੰ ਗਾਲਾਂ ਕੱਢਦਾ ਇੱਥੇ, ਫੇਸਬੁੱਕ 'ਤੇ ਵਿਦਵਾਨ ਬਣਦਾ ਤੂੰ ਗੱਲਾਂ, ਊਂ ਤੇਰੀ ਤਾਂ ਧੇਲੇ ਦੀ ਬੁੱਕ ਦੇਣੀ ਗੀ। ਅਤੇ ਜਿਹੜੇ ਅਜਹੇਦਾਰ ਸਾਹਿਬ ਜੀ ਦਾ ਨਾਂ ਲੈਂਦੇ ਸੀਗੇ ਵਿੱਚ, ਅਤੇ ਉਹਨਾਂ ਦਾ ਨਾਂ ਲੈ ਲੈ ਕੇ ਜਿਹੜੇ ਤਾਨੇ ਮਾਰਦੇ ਸੀ ਨਾ, ਉਹਨਾਂ ਨੂੰ ਮੇਰੀ ਬੇਨਤੀ ਆ ਵੀ ਮੈਨੂੰ ਇੰਨਾ ਕੁ ਦੱਸ ਦਿਉ ਵੀ ਉਹ ਟਾਈਮ ਦੇ ਵਿੱਚ ਸਾਡੇ ਟੱਬਰ ਨਾਲ ਕਿਹੜੇ ਕਿਹੜੇ ਖੜੇ ਸੀਗੇ ਉਹ, ਜਿਹੜੇ ਅੱਜ ਆ ਨਸੀਹਤਾਂ ਦਿੰਦੇ ਆ ਫੇਸਬੁੱਕ 'ਤੇ, ਲੈਕਚਰ ਵਾਰਡ ਵਾਰਡ ਪਾ ਦੇਣਗੇ, ਅਤੇ ਜਦੋਂ ਪੈਂਦੀ ਹੁੰਦੀ ਆ ਪਤਾ ਉਦੋਂ ਲੱਗਦਾ, ਉਦੋਂ ਪਤਾ ਲੱਗਦਾ ਕਿਹੜੇ ਕਿਹੜੇ ਨਾਲ ਖੜਦੇ, ਜਿਹੜੇ ਬੰਦੇ ਨਾਲ ਖੜੇ ਸੀ ਉਹਨਾਂ ਦਾ ਸਾਨੂੰ ਪਤਾ, ਜਿਨ੍ਹਾਂ ਨੇ ਸਪੋਰਟ ਕੀਤੀ ਉਸ ਟਾਈਮ ਦੇ ਵਿੱਚ, ਉਹਨਾਂ ਦਾ ਅਸੀਂ ਕਦੇ ਦੇ ਨਹੀਂ ਦੇ ਸਕਦੇ ਗੇ। ਅਤੇ ਜਿਹੜੇ ਚਾਵਲ ਇੱਥੇ ਫੇਸਬੁੱਕ 'ਤੇ ਭੌਂਕਦੇ ਆ, ਅਤੇ ਫੇਸਬੁੱਕ ਯੁੱਗ ਹੀ ਆ ਚਾਵਲ, ਜਿਹੜੇ ਕਹਿੰਦੇ ਬੱਬੂ ਮਾਨ ਨੇ ਕੀ ਕੀਤਾ, ਭਰਾਵੋ ਮੈਨੂੰ ਨਹੀਂ ਪਤਾ ਉਹਨੇ ਕੀ ਕੀਤਾ, ਚੱਲ ਮੰਨ ਲੈਂਦੇ ਤੁਹਾਡੀ ਗੱਲ ਵੀ ਨਹੀਂ ਕੋ ਕੀਤਾ ਹੈ, ਉਹਨੇ ਉਹਦੇ ਨਾਲ ਬੈਠੋ ਉਹਦੇ ਨਾਲ ਗੱਲਬਾਤ ਕਰੋ, ਤੁਹਾਨੂੰ ਫਿਰ ਪਤਾ ਲੱਗ ਜੂ ਉਹਨੇ ਕੀ ਕੀਤਾ ਕੀ ਨਹੀਂ, ਉਹ ਤੁਹਾਡੇ ਵਾਂਗੂ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਜਾਂ ਫੇਸਬੁੱਕ 'ਤੇ, ਉਹਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਹੁੰਦੀ ਗੀ ਕੋਈ, ਉਹ ਕਹਿੰਦਾ ਵੀ ਮੇਰੇ ਨਾਲ ਫੇਸ ਟੂ ਫੇਸ ਗੱਲ ਕਰੋ ਜਿਹਨੇ ਕਰਨੀ ਆ ਕੇ, ਮੈਂ ਫਿਰ ਸਾਰਾ ਕਲੀਅਰ ਕਰੂੰਗਾ। ਮੁੜ ਕੇ ਕੱਲ੍ਹ ਤੂੰ ਵੀਡੀਓ ਪਾਈ, ਠੀਕ ਆ, ਤੈਨੂੰ ਮੁੜ ਕੇ ਫੋਨ ਵੀ ਗਏ ਸਿੰਘਾਂ ਦੇ ਵੀ ਹਾਂ ਤੂੰ ਗੱਲ ਕੀਤੀ ਆ ਪਹਿਲਾਂ ਭੁਪਿੰਦਰ ਦੇ ਨਾਲ ਵੀਡੀਓ ਪਾਉਣ ਤੋਂ ਪਹਿਲਾਂ, ਤੂੰ ਕਿਹਾ ਵੀ ਨਹੀਂ ਕੀਤੀ, ਫਿਰ ਤੈਨੂੰ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੂੰ ਵੀਡੀਓ ਡਿਲੀਟ ਕਰ, ਤੂੰ ਮੁੜ ਕੇ ਕਿਹਾ ਵੀ ਹਾਂ ਭੁਪਿੰਦਰ ਨੂੰ ਕਹੋ ਬਈ ਆਪਣਾ ਪੋਸਟਾਂ ਦੇ ਫੋਟੋ ਡਿਲੀਟ ਕਰ ਦੇ, ਮੈਂ ਕਿਹਾ ਠੀਕ ਆ ਭਾਈ, ਮੈਂ ਕਿਹਾ ਮੈਂ ਮਸਲਾ ਨਹੀਂ ਵਧਾਉਣਾ ਚਾਹੁੰਦਾ, ਮੈਂ ਜੋਰਾ ਸਿੰਘ ਪੰਜ ਵੜ ਬਾਈ ਉਹਦੇ ਕਹਿੰਦੇ ਮੈਂ ਸਾਰਾ ਕੁਝ ਡਿਲੀਟ ਮਾਰਤਾ, ਪਰ ਉਹਨੂੰ ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਬਈ ਉਹਨੂੰ ਕਹਿ ਦੇ ਉਦੋਂ ਬਾਅਦ 'ਚ ਪੋਸਟ ਨਹੀਂ ਬਣੀ, ਤੂੰ ਉਦੋਂ ਬਾਅਦ 'ਚ ਫਿਰ ਪੋਸਟ ਪਾਈ।
ਇਹ ਤੂੰ ਸਾਰਾ ਜਿਹੜਾ ਸਟੰਟ ਕਰਦਾ ਨਾ, ਪਬਲਿਸਿਟੀ ਵਾਸਤੇ ਕਰਦਾ ਤੂੰ ਆਪਦੀ ਵਾਸਤੇ, ਠੀਕ ਆ ਨਾ? ਇਹ ਫੇਸਬੁੱਕ ਦੇ ਪਬਲਿਸਿਟੀ ਨਾਲ ਕੁਛ ਵੀ ਬਣ, ਦੁਨੀਆ ਦੇ ਵਿੱਚ ਵਿਚਰ ਗਰਾਊਂਡ ਲੈਵਲ ਤੇ ਜਾ, ਧਰਤੀ ਤੇ ਉਤਰ, ਅਸਮਾਨ ਤੋਂ, ਫਿਰ ਵੇਖ ਵੀ ਲੋਕੀ ਕਿੱਥੇ ਵਸਦੇ ਆ। ਬਾਹਰਲੇ ਮੁਲਕ ਜਾ ਕੇ ਤਾਂ ਬੰਦੇ ਕੋਲ ਟਾਈਮ ਨਹੀਂ ਹੁੰਦਾ, ਤੂੰ ਮਾਂ ਦੇ ਪੁੱਤ 5-5 ਮਿੰਟ ਬਾਅਦ ਲਾਈਵ ਹੋ ਕੇ ਬਹਿ ਜਾਂਦਾ। ਆ ਜਿੰਨੇ ਵੀਰਾਂ ਨੂੰ ਪਤਾ ਸਾਡੇ ਬਾਰੇ, ਮੇਰੇ ਬਾਰੇ ਪਤਾ, ਉਹ ਸਾਰੇ ਖੜ੍ਹੇ ਆ ਸਕੂਲ ਦੇ ਵਿੱਚ। ਉਹ ਮੈਂ ਤਾਂ ਕੀ ਕਹਿੰਦੇ ਜਿਹੜਾ ਉਹ ਫੇਸਬੁੱਕ ਵਾਲਾ ਬਾਈ ਮਾਰਕ ਜਕੋਬਰ, ਮੈਨੂੰ ਤਾਂ ਨਾਮ ਹੀ ਨਹੀਂ ਉਹਦਾ ਚੱਜ ਨਾਲ ਲੈਣਾ ਹੁੰਦਾ, ਉਹਨੂੰ ਮੈਂ ਬੇਨਤੀ ਕਰਦਾ ਭਰਾਵਾ ਲਾਈਵ ਵਾਲਾ ਬਟਨ ਹੀ ਕੱਟ ਦੇ, ਮੈਨੂੰ ਸਪੈਸ਼ਲ ਲਾਈਵ ਵਾਲਾ ਬਟਨ ਬਣਾਇਆ ਜੀ ਉਹਦੀ ਖਾਤਰ, ਅਗਰ ਏਜੰਟ ਸਾਂ ਤੇਰੀ ਖਾਤਰ ਹੀ, ਸਭ ਤੋਂ ਵੱਧ ਮੈਨੂੰ ਤਾਂ ਤੂੰ ਹੀ ਵਰਤਿਆ ਹੋਣਾ, ਹੋਰ ਤਾਂ ਕਿਸੇ ਨੇ ਵਰਤੇ ਨਹੀਂ ਹੋਣਾ ਇਹਨਾਂ ਭਰਾਵਾ। ਬਾਕੀ ਤੂੰ ਧੀਆਂ ਭੈਣਾਂ ਤੱਕ ਗਿਆ, ਮੈਂ ਤੇਰੀ ਤੇਰੇ ਟੱਬਰ ਨੂੰ ਇੱਕ ਵੀ ਸ਼ਬਦ ਮਾੜਾ ਬੋਲਿਆ ਮੈਂ ਤੱਕ। ਮੈਂ ਲਾਈਵ ਹੋਣਾ ਨਹੀਂ ਸੀਗਾ, ਤੂੰ ਮਜਬੂਰ ਕੀਤਾ ਭਰਾਵਾ ਲਾਈਵ ਹੋਣ ਖਾਤਰ, ਮੈਂ ਤਾਂ ਤੈਨੂੰ ਬਾਈ ਬਾਈ ਭਰਾ ਭਰਾ ਕਰੀ ਜਾਂਦਾ ਸੀ, ਤੇ ਤੂੰ ਤਾਂ ਹੀ ਚੜ੍ਹਦਾ ਜਾਂਦਾ ਸੀਗਾ ਉਦੋਂ। ਜੇ ਤੇਰੇ ਇੰਨੀ ਖੁਰਕ ਲੜਦੀ ਹੈ, ਨਿਊਜ਼ੀਲੈਂਡ ਤੇ ਤੋਂ 1 ਘੰਟੇ ਦੀ ਵਾਟ ਆ, ਫਲੈਟ ਫੜ ਤੇ ਉੱਥੇ ਨਿਊਜ਼ੀਲੈਂਡ ਪਹੁੰਚੋ, ਜਿਹੜੇ ਗੁਰੂ ਸਾਹਿਬ ਦੇ ਖਿਲਾਫ਼ ਬੋਲਦੇ ਆ, ਹਰਨੇਕ ਸਿੰਘ ਨੇਕੀ ਵਰਗੇ, ਉਹਨਾਂ ਦੇ ਗੱਲ 'ਚ ਸਫ਼ਾ ਵਾ ਸਾਡੇ ਨਾਲ ਵੈਸਾਂ ਨਾਲ, ਫਿਰ ਤੈਨੂੰ ਮੰਨਾਂਗੇ ਵੀ ਹਾਂ ਤੂੰ ਬੰਦਾ ਹੈਗਾ। ਨਾਲੇ ਮੈਨੂੰ ਰਸੀਦਾਂ ਭੇਜਦੀ ਚੰਗਾ, ਜਿਹੜੇ ਤੂੰ ਮੈਨੂੰ ਡਾਲਰ ਭੇਜੇ ਆ। ਸਰ ਜੀ ਬੱਬੂ ਮਾਨ ਨੇ ਜਿੱਥੇ ਵੀ ਬੇਅੰਤ ਸਿੰਘ ਨੂੰ ਸ਼ਹੀਦ ਕਰਿਆ ਨਾ, ਉਹ ਵੀਡੀਓ ਤੁਸੀਂ ਸਾਹਮਣੇ ਕਰ ਦਿਓ, ਠੀਕ ਆ? ਉਹ ਆਡੀਓ ਸਾਹਮਣੇ ਕਰ ਦਿਓ, ਤੁਹਾਨੂੰ ਆਪਾਂ ਪੁੱਛ ਲਾਂਗੇ ਬਾਈ ਤੂੰ ਆਹ ਗੱਲ ਕਹੀ ਆ ਦੱਸ। ਅਖਬਾਰ ਵਾਲਿਆਂ ਦਾ ਲਿਖਤਾ ਠੀਕ ਆ, ਅਖਬਾਰ ਵਾਲਿਆਂ ਤਾਂ ਬਥੇਰਾ ਕੋਲ ਲਿਖਦੇ ਰਹਿੰਦੇ ਆ, ਉਹਦੀ ਆਡੀਓ, ਉਹਦੀ ਜ਼ੁਬਾਨ, ਉਹਦੇ ਮੂੰਹ ਦੇ ਵਿੱਚੋਂ ਬੋਲ ਦੱਸੋ ਕਿੱਥੇ ਗਏ ਹੋਏ, ਉਹਦੀ ਜ਼ੁਬਾਨ, ਉਹਦੇ ਬੋਲ ਕੇ ਗਏ ਆ ਜਿਹੜੇ, ਉਹ ਚੀਜ਼ ਦੱਸੋ। ਲਾਈਵ ਲੂ ਵਾਲੇ ਭਰਾਵਾ ਪੰਗੇ ਸਾਨੂੰ ਨਹੀਂ ਆਉਂਦੇ, ਨਾ ਸਾਨੂੰ ਲਾਈਵ ਲਾਈਵ ਖੇਡਣਾ ਦਾ, ਤੇਰੇ ਕਰਕੇ ਮੈਂ ਆਖਰੀ ਲਾਈਵ ਹੋਇਆ ਸੀਗਾ, ਠੀਕ ਆ ਨਾ? ਅਤੇ ਨਹੀਂ ਮੈਂ ਹੋਣਾ ਨਹੀਂ ਸੀਗਾ ਲਾਈਵ, ਇਹ ਆਪਣੇ ਸਾਰੇ ਮਿੱਤਰ ਪਿਆਰੇ ਸੀਗੇ ਵੱਡੇ ਬਾਈ, ਉਹਨਾਂ ਨੇ ਕਿਹਾ ਕਹਿੰਦੇ ਵੀ ਤੂੰ ਇਦੂ ਬਿਨਾਂ ਗੱਲ ਨਹੀਂ ਬਣਨੀ, ਬਸ ਇਹ ਆਖਰੀ ਵਾਰੀ ਲਾਈਵ ਸੀਗਾ ਤੇਰੇ।